हाँ जी संजीव इलेक्ट्रॉनिक्स तो बोल रहे हो जी? हाँ जी बोल रहे हैं जी। संजीव भाजी मैं दरअसल एसी लेना सीगा 1.5 टन का विंडो एसी 2 स्टार। अच्छा जी ए किन्ने कु दा पै जाएगा जी? ए भाजी तनु पै जाएगा कंपनी दा 20,500 रुपए दा जी। 20,500? हाँ जी सर। दफा हो तू? हाँ जी। मैं क्या दफा हो? नहीं ये दफा हो दा की मतलब? मतलब यही लुट मचाई है। तू पहले ना थोड़ा बोलन दा तरीका ठीक कर। नहीं मैं की कहता तेरे प्यो दा नौकर लगा बकवास करदा करन दे। नहीं मेरा तरीका ठीक है, तू लुट मचाई है कनेडा बैठा। जवाब दे। अच्छा जे बुरा लगना तो चंगी गल है। हुण मैं दसदा कि मैं कौन। मैं आरजे पकपक दीपक बोल रहा रेडियो मिर्ची तो, और वरुण ने तुहाडा नंबर दिता सीगा। नहीं भाजी संडे शाम वरुण दे तुसी नाल सीगे और तुसी बस स्टैंड तो जाना सी मॉडल टाउन। रिक्शे वाले नु पुछिया किन्ने पैसे, उन्ने कहा 30 रुपए और अग्गे तुसी की कहा सी दफा हो। भाई देखो दा 20 रुपए लगदे हो, 30 बोलन दे गलती ओदी भी सीगी ना। देखो मेरी गल यार भाजी, उन्ने सिर ते बंदूक थोड़ी रखी सी कि मेरे रिक्शे च ही बैठो। नहीं ਤੁਹਾਡੀ ਗੱਲ ਸਹੀ ਹੈ ਭਾਜੀ। ਮੇਰੀ ਗੱਲ ਸੁਣੋ, ਸਾਰਾ ਦਿਨ ਤੁਸੀਂ ਏਸੀ 'ਚ ਬੈਠਦੇ ਹੋ ਔਰ ਜਿਹੜਾ ਏਸੀ ਦਾ ਖਰਚਾ ਹੈ ਨਾ ਉਹ ਵੀ ਤੁਸੀਂ ਕਸਟਮਰ ਤੋਂ ਲੈਂਦੇ ਹੋ, ਔਰ ਦੂਜੇ ਪਾਸੇ ਉਹ ਰਿਕਸ਼ੇ ਵਾਲਾ ਵਿਚਾਰਾ ਸਾਰਾ ਦਿਨ ਧੁੱਪ 'ਚ ਸੜਦਾ ਹੈ ਔਰ ਧੁੱਪੇ ਸੜਨ ਦਾ ਖਰਚਾ ਨਹੀਂ ਉਹ ਲੈ ਸਕਦਾ। ਨਹੀਂ ਭਾਜੀ ਉਹ ਕਸਟਮਰ ਤੁਹਾਡੇ ਲਈ ਰੱਬ ਹੈ ਨਾ। ਨਹੀਂ ਉਹ ਤੁਹਾਡੀ ਗੱਲ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਭਾਜੀ, ਉਸੇ ਤਰ੍ਹਾਂ ਨਾ ਰਿਕਸ਼ੇ ਵਾਲੇ ਲਈ ਵੀ ਉਹਦੀ ਸਵਾਰੀ ਉਹਦਾ ਰੱਬ ਹੈ, ਪਰ ਉਹਦਾ ਰੱਬ ਨੂੰ ਕੀ ਕਹਿ ਰਿਹਾ ਹੈ? ਦਫਾ ਹੋ। ਨਹੀਂ ਨਹੀਂ ਭਾਜੀ, ਏਸੀ ਚ ਬੈਠੇ ਹੋਵੋ ਨਾ ਤਾਂ ਦੂਜੀ ਵਾਰੀ ਪਾਣੀ ਪੀਣ ਨੂੰ ਦਿਲ ਨਹੀਂ ਕਰਦਾ, ਔਰ ਬਾਹਰ ਨਿਕਲ ਕੇ ਦੇਖੋ ਬਿਨਾ ਪਾਣੀ ਪੀਤੇ 2 ਮਿੰਟ ਖੜਿਆ ਨਹੀਂ ਜਾਂਦਾ। ਉਹ ਐਕਚੁਅਲੀ ਭਾਜੀ ਪਤਾ ਕੀ ਆ, ਗਰਮੀ ਚ ਕਈ ਵਾਰੀ ਭਾਜੀ ਦਿਮਾਗ ਖਰਾਬ ਹੋ ਜਾਂਦਾ। ਭਾਜੀ 2 ਮਿੰਟ ਧੁੱਪ ਚ ਖੜ ਕੇ ਤੁਹਾਡਾ ਦਿਮਾਗ ਖਰਾਬ ਹੋ ਗਿਆ ਯਾਰ, ਉਹ ਤੇ ਖੜੇ ਧੁੱਪ ਚ ਰਹਿੰਦਾ। ਭਾਜੀ ਮੈਂ ਅੱਗੇ ਤੋਂ ਧਿਆਨ ਰੱਖੂਗਾ, ਥੈਂਕ ਯੂ ਕਾਲ ਕਰਨ ਲਈ ਜੀ। ਓਕੇ ਭਾਜੀ, ਅਗਰ ਮੇਰੀ ਗੱਲ ਸਮਝ ਗਏ ਉੱਥੇ ਚੰਗੀ ਗੱਲ ਹੈ, ਇਨਸਾਨ ਨੂੰ ਇਨਸਾਨ ਸਮਝੋ ਕਿਉਂਕਿ ਤੁਸੀਂ ਵੀ ਇਨਸਾਨ ਹੋ। ਨਹੀਂ ਗਲਤੀ ਮੇਰੀ ਸੀਗੀ, ਮੈਨੂੰ ਨਹੀਂ ਸੀ ਬੋਲਣਾ ਚਾਹੀਦਾ। ਚਲੋ ਤੁਸੀਂ ਗਲਤੀ ਫੀਲ ਕੀਤੀ, ਇਹ ਵੀ ਬਹੁਤ ਵੱਡੀ ਗੱਲ ਹੈ। ਧਿਆਨ ਰੱਖਿਓ ਆਪਣਾ, ਬਾਏ।